फुल गर्म होया।
ਕਾਤੀ ਉਸ ਘਰ ਜਾ ਕੇ ਲੜਨਾ ਨਹੀਂ ਮੈਂ ਸੁਲਾ ਕਰਾਈ ਹੋ ਮੈਂ ਤੇਰੇ ਮਾਮੇ ਸਾਹ ਨੇ ਸੁਲਾ ਕਰਾਈ ਤੇਰੀ ਇਹਨਾਂ ਗੱਲਾਂ ਕੀ ਮੈਂ ਤਾਂ ਇਕੱਲੇ ਜਾ ਰਿਹਾ ਨਾ ਇਹਦੇ ਤਾਂ ਯਾਰ ਮੋਟਰਸਾਈਕਲ ਤੇ ਬੈਠੇ ਸਾਰੇ ਜਣੇ ਕਿਹਾ ਹੈਲਮਟ ਨਹੀਂ ਪਾਇਆ ਕੋਈ ਕਹਿੰਦਾ ਜੀ ਪਿਛਲੇ ਨੇ ਪਾਇਆ ਉਹ ਕਹਿੰਦੇ ਤੂੰ ਕੌਣਾ ਸੀ ਕਹਿੰਦਾ ਮੇਰਾ ਸਿਰ ਦਰਦ ਕਰਦਾ ਕਹਿੰਦੇ ਇਸੇ ਨਹੀਂ ਕਰਦਾ ਨਾ ਪਿਛਲੇ ਨੇ ਪਾਇਆ ਹੈਲਮਟ ਤੇ ਆਪ ਨਿਊ ਖਾ ਦੀ ਬੱਚ ਬੈਗ ਕਰੀ ਜਾ ਰਿਹਾ ਡਰਾਈਵਰ ਨੂੰ ਕਹਿੰਦਾ ਓਏ ਹੌਲੀ ਉਹ ਕਹਿੰਦਾ ਗੱਡੀ ਤੇ ਕਦੋਂ ਦੀ ਬੰਦ ਏ ਮੈਂ ਕਿਹਾ ਗੱਡੀ ਕਦੋਂ ਦੀ ਬੰਦ ਆ ਆਪ ਵੀ ਨਿਊ ਖਾਂ 'ਚ ਬੈਠਾ ਇਹਨੂੰ ਅੱਧੇ ਘੰਟੇ ਬਾਅਦ ਪਤਾ ਲੱਗਾ ਨਿਊ ਖਾਂ ਨਹੀਂ ਇਕੱਲਾ ਹੀ ਖਾਂ ਸੀ ਹੀਰਾ ਮੰਡੀ ਆਪਣੀ ਬੀਵੀ ਲੈ ਕੇ ਫੇਰਿਆ ਮੈਂ ਕਿਹਾ ਕਿੱਧਰ ਕਹਿੰਦਾ ਵੇਚਣ ਨਹੀਂ ਆਇਆ ਬਾਦ ਦਾ ਮੁੱਲ ਨਹੀਂ ਲਵਾਉਣਾ ਸੀ ਮੈਂ ਤਾਂ ਇਹ ਵੀ ਉੱਥੇ ਦੰਦ ਕੱਢਣ ਡਿਆ ਮੈਂ ਕਿਹਾ ਖੈਰ ਆ ਕਹਿੰਦਾ ਸਾਡੀ ਤੇ 1300 ਦੀ ਢਲ ਗਈ ਕੱਪੜਾ ਕੋਲ ਹੀ ਰੱਖੀ ਕੱਪੜਾ ਯਾਰ ਤੂੰ ਆਂਡਾ ਤੇ ਨਹੀਂ ਦੇਣਾ ਕਿਤੇ ਸਾਡੀ ਜਾਨ ਤੇ ਬਣੀ ਤੂੰ ਵਖਰੇ ਜੇ ਬਹੁਤ ਹੀ ਖਰਾਬ ਪਿਛਲੇ ਨੇ ਸੀਟ 'ਚ ਪੈਰ ਫਸਾਇਆ ਹੋਇਆ ਓਏ ਅੰਡੇ ਮੁਰਗੀਆਂ ਦਾ ਨਾਂ ਨਹੀਂ ਲੈਣਾ ਬਰਡ ਫਲੂ ਹੋਇਆ ਹੈ ਪਤਾ ਹੈ ਤੈਨੂੰ ਹਾਂ ਉਹ ਵੀ ਤਾਂ ਸਾਰਾ ਕੁਝ ਹਾਂ ਇਹਦਾ ਪਿਓ ਬੜਾ ਬੇਵਕੂਫ ਹੈ ਡੱਡੇ ਵੜ ਗਿਆ ਸੀ ਛੱਪੜ ਦੇ ਕਿਨਾਰੇ ਬੈਠਾ ਤੇ ਇੱਕ ਡੱਡੂ ਬਾਹਰ ਆ ਕੇ ਉਹ ਕਹਿੰਦਾ ਚਾਚਾ ਤੇਰੇ ਕੋ ਦਿਮਾਗ ਹੈਗਾ ਇਹਦਾ ਪਿਓ ਕਹਿੰਦਾ ਹੋਵੇਗਾ ਡੱਡੂ ਨੇ ਫਿਰ ਛਲਾਂਗ ਮਾਰੀ ਛੱਪੜ ਮਗਰ ਉਹਦਾ ਪਿਓ ਕਹਿੰਦਾ ਤੇ ਇਹ ਚ ਖੁਦਕੁਸ਼ੀ ਕਰਨ ਵਾਲੀ ਕਿਹੜੀ ਗੱਲ ਸੁਸ ਸੁਸ ਦਾ ਖਤਰਾ ਸੀ ਉਹ ਕੀ ਐਡਾ ਵੱਡਾ ਕੱਦ ਐਡੇ ਐਡੇ ਡੰਡ ਤੇ ਐਡਾ ਛਾਤਾ ਸ਼ਾਹਿਦ ਬਾਉ ਦਾ ਤੇ ਉਹ ਆ ਗਿਆ ਜੀ ਲਓ ਜੀ ਸਾਡੇ 25-30 ਲੱਗਣੇ ਲੱਗਣੇ ਇੱਥੇ ਹਾਂ ਬੇਟੇ ਇਹ ਸ਼ਾਹਿਦ ਹੈ ਹਾਂ ਅੱਲਾ ਮਾਫੀ ਦੇਵੇ ਇਹਨੂੰ ਉਹਦੇ ਨਾਲ ਹੀ ਸ਼ਾਦੀ ਕਰ ਲੈਂਦੇ ਜਿਹੜਾ ਟਾਈਮ ਇਹਨੇ ਤੈਨੂੰ ਦੇਣਾ ਉਸੇ ਟਾਈਮ ਤੇ ਤੈਨੂੰ ਨਹਿਰ ਤੇ ਖਲੋਣਾ ਪਰ ਅੰਦਫਾ ਹੋਵੇ ਸੇ ਲਈ ਕੀ ਹਾਲ ਹੈ ਤੂੰ ਇਹਦੇ ਨਾਲ ਵਿਆਹ ਕਰ ਲੈ ਹਾਂ ਤੂੰ ਲੱਗਦਾ ਪੂਰੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਲੈਣਾ ਚਾਹੁੰਦੀ ਵਜ੍ਹਾ ਕੀ ਹੈ ਵੇ ਮੇਰੇ ਨਾਲ ਆਰਾਮ ਨਾਲ ਗੱਲ ਕਰੀ ਮੈਂ ਹੁਣੇ 20 ਰੁਪਏ ਤੇਰੇ ਅੱਗੇ ਰੱਖ ਦੇਣੇ ਨੇ ਦਫਾ ਮਰ ਜਾਣਾ ਮੈਨੂੰ ਅੱਗੇ ਤੇਰੀਆਂ ਅੱਖਾਂ 'ਚ 250-300 ਨਜ਼ਰ ਆਉਂਦੇ ਆ ਕੱਲ ਰਕਸ਼ੇ ਨੇ ਕਹਿੰਦਾ ਮੈਨੂੰ ਸ਼ੇਖ ਜ਼ਾਇਦ ਲੈ ਜਾ ਔਰ ਰਕਸ਼ੇ ਵਾਲਾ ਕਹਿੰਦਾ ਸ਼ੇਖ ਜ਼ਾਇਦ ਉੱਥੇ ਆਪ ਨਹੀਂ ਪੈਂਦਾ ਲੰਬੇ ਪੈ ਲੰਬੇ ਪੈ ਲੰਬੇ ਪੈ ਮੈਂ ਕੁਰਤ ਕਰਾਂ ਕੁਰਤ ਕਰਾਂ ਜਾਂ ਛੱਡੀ ਕਰਾਂ ਇਹਦਾ ਅੱਗੇ ਹੋ ਜਾ ਕੁਕੜੀ ਦਾ ਵਿੰਗਸ ਹੁੰਦਾ ਨਹੀਂ ਚੁਦਰਾਣੀਏ ਆਪਣਾ ਪੈਪ ਮਾਰਨ ਵਾਲਾ ਬਦਲ ਲੈ ਥੱਕ ਗਿਆ ਈ ਓਏ ਹਾਲੇ ਤੇ ਸਾਡੇ ਪਿੰਡੇ ਦਾ ਥਕਾਵਾ ਵੀ ਨਹੀਂ ਲਿਖਿਆ ਮਾਰ ਚਾਚਾ ਚੁਈ ਚਲੰਗ ਮਾਰ ਡਿਪਟੀ ਤੈਨੂੰ ਕਦੀ ਮੋੜਿਆ ਮੇਰੀ ਗੱਲ ਸੁਣੋ ਜੀ ਜਨਾਬ ਕੀ ਹਾਲ ਠੀਕ ਪਹਿਲੀ ਕੁੜੀ ਹੈ ਜਿਹੜੀ ਆਪ ਨੇ ਹੱਥ ਛੱਡਣ ਡਈ ਜੁੱਤੀਆਂ ਮਾਰਨ ਲੱਗ ਪਾਉਂਗੇ ਸਿੱਧਾ ਸੌਂਦਾ ਇਹਨੂੰ ਪੁੱਠੇ ਖਾ ਪਾਉਂਦੇ ਮੈਂ ਨੀ ਹੁਣ ਸੌਂਦਾ ਕਿਉਂ ਰਾਤੀ ਮੈਂ ਸੁੱਤਾ ਸੀ ਤੇ ਖਾਬ ਚ ਇੱਕ ਪਠਾਣ ਆਇਆ ਸੀ ਮੈਂ ਉਹਦੇ ਨਾਲ ਲੜ ਪਿਆ ਅੱਜ ਨਹੀਂ ਮੈਂ ਸੌਣਾ ਕਿਉਂ ਉਹਨੇ ਬੰਦੇ ਲੈ ਕੇ ਆਉਣਾ ਮੈਂ ਗਿਆ ਜਿੱਥੇ ਵੀ ਅੱਖ ਲੱਗੀ ਇਹਨੇ ਦਾਲ ਆ ਜਾਣਾ ਮੈਂ ਸੌਣਾ ਹੀ ਨਹੀਂ ਸਹੀ ਗੱਲ ਹੈ ਪਠਾਣਾਂ ਕੋਲੋਂ ਬਚਣਾ ਚਾਹੀਦਾ ਮੇਰੀ ਅੰਮੀ ਨੇ ਪਠਾਣਾਂ ਕੋਲੋਂ ਕਿਸ਼ਤਾਂ ਤੇ ਇਸਤਰੀ ਲੈ ਲਈ ਅੱਛਾ ਉਹ ਹਰ ਮਹੀਨੇ ਕਿਸ਼ਤ ਲੈਣ ਆਉਂਦਾ ਸੀ ਅੰਮੀ ਘਰ ਨਹੀਂ ਸੀ ਮਿਲਦੀ ਇਹ ਮੈਂ ਜਾਣਨਾ ਫਿਰ ਉਹ ਪੈਸੇ ਕਿਵੇਂ ਲਾਏ ਨੇ ਤੂੰ ਨਹੀਂ ਜਾਣਦਾ ਸਾਰੇ ਜਾਣਦੇ ਨੇ ਮੇਰੀ ਗੱਲ ਸੁਣੋ ਲੇਡੀ ਡਾਕਟਰ ਸਾਹਿਬ ਸਰ ਤੁਹਾਨੂੰ ਪ੍ਰੋਬਲਮ ਕੀ ਹੋਇਆ ਕੀ ਦੇਖੋ ਜੀ ਉਹ ਜਿਹੜੇ ਤੁਹਾਡੇ ਸਾਹਿਬ ਨੇ ਨਾ
ਇੰਜ ਕਰੋ ਤੁਸੀਂ ਹਸਪੀਟਲ ਪਹੁੰਚੋ ਅਸੀਂ ਆਪਣੇ ਮਾਲਕਾਂ ਨੂੰ ਲੈਣ ਆਪ ਆਉਣੇ ਆ ਹੈ ਜਾਨੂ ਜੀ ਸਰ ਤੇ ਸ਼ਾਦੀ ਹੋਈ ਤੁਹਾਡੀ ਨਹੀਂ ਜਾਨੂ ਤੇਰੇ ਮੂੰਹ ਤੋਂ ਲੱਗਦਾ ਤੂੰ 182 ਖਾਮਨ ਡਿਲੀਟ ਕੀਤੇ ਅਜੇ ਮੈਂ ਮਿਸ ਕਾਲਾਂ ਵਾਲੇ ਨਹੀਂ ਦੱਸਦੇ ਮੈਂ ਤੇ ਹਾਲੀ ਮਸੂਮ ਆ ਸੋਹਣੇ ਸਹੀ ਗੱਲ ਹੈ ਮਸੂਮ ਹੈ ਤੇਰੇ ਵਰਗੀ ਮਸੂਮ ਸਾਡੇ ਪਿੰਡ ਵੀ ਇਹ 43 ਬੱਚੇ ਨੇ ਉਹਦੇ ਇਹਨੇ ਬੱਚੇ ਕੁਕੜੀ ਦਾ ਨਾਮ ਮਸੂਮ ਹੈ ਤੂੰ ਆਪਣੀ ਅੰਮੀ ਸਮਝਿਆ ਹੋਏਗਾ ਹਾਂ ਮੈਂ ਬਦਤਮੀਜ਼ੀ ਕਰ ਰਹੇ ਹੈ ਆਹੋ ਮਤਲਬ ਇਹ ਵੀ ਜੀ ਮੈਡਮ ਜੀ ਓਕੇ ਓਕੇ ਮੈਡਮ ਹਾਂਜੀ ਹਾਂ ਤੋ ਸਾਰਾ ਕੁਝ ਸਮਝ ਆ ਗਿਆ ਆਪਕੋ ਨਾ ਨਹੀਂ ਸਮਝ ਹੀ ਸਮਝ ਬਸ ਦੱਸੋ ਸ਼ੁਰੂ ਕਦੋਂ ਹੋਣਾ ਕੋਈ ਮੁਝੇ ਮੇਰੇ ਪਾਸ ਨਾ ਆ ਸਕੀ ਇਹ ਧਿਆਨ ਰੱਖਣਾ ਆਪਨੇ ਜਬ ਮੈਂ ਪਰਫਾਰਮ ਕਰੂੰ ਇੱਕ ਰਾਈਟ ਪੇ ਇੱਕ ਲੈਫਟ ਪੇ ਆਗੇ ਪਿੱਛੇ ਮੈਂ ਆਉਂ ਮੇਰੇ ਫੈਨਸ ਮੇਰੇ ਪਾਸ ਮੇਰੇ ਟੱਚ ਨਾ ਕਰ ਸਕੇ ਤੇ ਅਸੀਂ ਦੋਵੇਂ ਕੌਣ ਆ ਆਪ ਦੋਨੇ ਮੇਰੇ ਬਾਡੀਗਾਰਡਸ ਤੁਸੀਂ ਡਾਂਸ ਕਰਨਾ ਹੈ ਤੇ ਅਸੀਂ ਤੁਹਾਡੇ ਬਾਡੀਗਾਰਡ ਆ ਯੈਸ ਕਿਆ ਹੁਆ ਹੈ ਕਹਾਂ ਜਾ ਰਹੇ ਹੋ ਗੱਲ ਸੁਣ ਮੇਰੀ ਤੇ ਲੱਤ ਸੌ ਗਈ ਹੈ ਯਾਰ ਤੇ ਮੇਰੀ ਲੱਤ ਸੌ ਗਈ ਮੈਂ ਤੇਰਾ ਛੋਟੇ ਭਰਾ ਨਾ ਪਾਵਾਂ ਇਹ ਕਿਆ ਬਦਤਮੀਜ਼ੀ ਹੈ ਸਟਾਪ ਇਹ ਕਿਆ ਬਦਤਮੀਜ਼ੀ ਹੈ ਹਾਂ ਮੈਡਮ ਜਾਣ ਦਿਓ ਖੁਦਾ ਦਾ ਵਾਸਤਾ ਜੇ ਕਿਆ ਖੋਦਿਆ ਪਹਾੜ ਤੇ ਨਿਕਲਿਆ ਵਿੱਚੋਂ ਡਾਂਸ ਕਿਆ ਮਤਲਬ ਤੁਹਾਡਾ ਮੈਂ ਪਾਕਿਸਤਾਨ ਇਹ ਲਾਹੌਰ ਹੈ ਅਸੀਂ ਤੁਹਾਡੇ ਕੇ ਕੰਨਾਂ ਫੜ ਕੇ ਖਲੋਦੇ ਨੇ ਜਿਹੜੇ ਇੱਧਰ ਵਾਲੇ ਨੇ ਜਿਹੜੇ ਜਿਨ੍ਹਾਂ ਦੇ ਅੱਗੇ ਅਸੀਂ ਆ ਰਹੇ ਉਹਨਾਂ ਨੇ ਇਹ ਕਰਾਉਣਾ ਭੈਣ ਨੂੰ ਨਾ ਲੁਕਾ ਅੱਗੇ ਇੱਧਰ ਹੋ